ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਪੰਜਾਬ ਕੇ ਬੀਚ ਨਸ਼ੇ ਕੀ ਬਾਤ ਆਤੀ ਹੈ ਤੋ ਹਮ ਹਮੇਸ਼ਾ ਜਵਾਨ ਲੜਕੋਂ ਕੋ ਹੀ ਜ਼ਿੰਮੇਵਾਰ ਸਮਝਤੇ ਹੈ ਪਰ ਪੰਜਾਬ ਕੀ ਹਾਲਤ ਇਤਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਘਰ ਕੀ ਲੜਕੀਆਂ ਵੀ ਅਬ ਨਸ਼ੇ ਕਾ ਵਿਆਪਾਰ ਕਰਨੇ ਲਗੀ ਹੈ ਤਾਜ਼ਾ ਮਾਮਲਾ ਫਾਜ਼ਿਲਕਾ ਕਾ ਹੈ ਜਹਾਂ ਪੁਲਿਸ ਨੇ ਤਿੰਨ ਸ਼ਾਤਿਰ ਬਹਿਨੋਂ ਕੋ ਗ੍ਰਿਫਤਾਰ ਕੀਆ ਹੈ ਜੋ ਗਾਓਂ ਮੇਂ ਨਸ਼ਾ ਸਪਲਾਈ ਕਰਤੀ ਹੈ ਪੁਲਿਸ ਨੇ ਇਨਸੇ 120 ਨਸ਼ੀਲੀ ਗੋਲੀਆਂ ਪ੍ਰਾਪਤ ਕੀ ਜੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੀਆਂ ਅਤੇ ਜਦੋਂ ਉਹਨਾਂ ਨੇ ਰੋਕਣ ਦੀ ਕੋਈ ਮੋਟਰਸਾਈਕਲ ਡਿੱਗ ਪਿਆ ਸੀ ਇਹਨਾਂ ਦਾ ਅਤੇ ਉਹਨਾਂ ਦੇ ਮੋਟਰਸਾਈਕਲ ਵਿੱਚੋਂ ਆਪਣੇ ਜਿਹੜਾ ਹੈਗੀਆਂ ਗੋਲੀਆਂ ਦਾ ਲਿਫਾਫਾ ਸੀ ਮੌਕੇ 'ਤੇ ਮੌਕੇ ਦਾ ਲਿਫਾਫਾ ਗੋਲੀਆਂ 'ਤੇ ਗਿਰ ਗਿਆ ਉੱਥੇ ਅਤੇ ਜੋ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰ ਲਿਆ ਮੌਕੇ 'ਤੇ ਗੋਲੀਆਂ ਸਮੇਤ ਇਸ ਪਰਿਵਾਰ ਕੇ ਬੀਚ ਤਿੰਨ ਲੜਕੀਆਂ ਨਸ਼ੇ ਕਾ ਵਿਆਪਾਰ ਮੇਂ ਲਗੀ ਹੋਂ ਉਸ ਪਰਿਵਾਰ ਸੇ ਤੋ ਭਗਵਾਨ ਹੀ ਬਚਾਏ ਲੇਕਿਨ ਐਸੀ ਲੜਕੀਆਂ ਔਰ ਘਰੋਂ ਕੋ ਵੀ ਬਰਬਾਦ ਕਰਤੀ ਹੈ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼